ਕਈ ਸਟੂਡੈਂਟਸ ਦੇ ਸਵਾਲ ਹੁੰਦੇ ਨੇ ਜੀ ਕਿ ਕੈਨੇਡਾ ਆਸਟ੍ਰੇਲੀਆ ਯੂਕੇ ਤੋਂ ਇਲਾਵਾ ਹੋਰ ਕੋਈ ਚੰਗੀ ਆਪਸ਼ਨ ਨਹੀਂ ਹੈ ਸਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸੋ ਅੱਜ ਗੱਲ ਆਪਾਂ ਯੂਰਪ ਦੀ ਕਰ ਰਹੇ ਹਾਂ ਜਿਸ ਦੇ ਵਿੱਚ ਤੇ ਸਾਰੀਆਂ ਆਪਸ਼ਨਸ ਹੋ ਜਾਂਦੀਆਂ ਨੇ ਜਿੱਥੇ ਫ੍ਰੀ ਐਜੂਕੇਸ਼ਨ ਦੀਆਂ ਵੀ ਆਪਸ਼ਨਸ ਨੇ ਕਿਹੜੇ ਸਟੂਡੈਂਟ ਫ੍ਰੀ ਐਜੂਕੇਸ਼ਨ ਲਈ ਐਲੀਜੀਬਲ ਨੇ ਇਹ ਵੀ ਤੁਸੀਂ ਇਹ ਸਾਰੇ ਜਾਣਨਾ ਹੀ ਚਾਹੁੰਦੇ ਹੋ ਸੀ ਪਿਛਲੀ ਵੀਡੀਓਜ਼ ਵਿੱਚ ਵੀ ਯੂਰਪ ਬਾਰੇ ਗੱਲ ਕੀਤੀ ਸੀ ਕਾਫੀ ਚੰਗੀਆਂ ਆਪਸ਼ਨਸ ਸਾਨੂੰ ਗਾਈਡ ਵੀ ਕੀਤੀਆਂ ਸੀ ਪਰ ਅੱਜ ਇੱਕ ਵਾਰ ਫਿਰ ਤੋਂ ਅਸੀਂ ਯੂਰਪ ਦੀ ਗੱਲ ਇਸ ਲਈ ਕਰਨ ਜਾ ਰਹੇ ਹਾਂ ਤਾਂ ਕਿ ਸਟੂਡੈਂਟਸ ਹੋਰ ਡਿਟੇਲ ਦੇ ਵਿੱਚ ਯੂ ਕਿਹੜੀ অপশন अवेलेबल ਹੈ ਕਿੱਥੇ ਤੁਸੀਂ ਅਪਲਾਈ ਕਰਨਾ ਹੈ ਕਿਵੇਂ ਤੁਸੀਂ ਸਹੀ ਡਿਸੀਜਨ ਲੈਣਾ ਹੈ ਸੋ ਅੱਜ ਦੀ ਵੀਡੀਓ ਤੁਹਾਡਾ ਸਹੀ ਡਿਸੀਜਨ ਲੈਣ ਲਈ ਕਾਫੀ ਬੈਨੀਫੀਸ਼ੀਅਲ ਰਹਿ ਸਕਦੀ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਯੂਰਪ ਨੂੰ ਲੈ ਕੇ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ওভারਸੀਸ ਔਰ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਸੋ ਮੈਮ ਦਾ 26-27 ਸਾਲਾਂ ਦਾ ਐਕਸਪੀਰੀਅੰਸ ਹੈ ਔਰ ਤੁਸੀਂ ਸੋਚੋ ਕਿ 26-27 ਸਾਲਾਂ ਦੇ ਵਿੱਚ ਮੈਮ ਨੇ ਕਿੰਨੀਆਂ ਹੀ ਪ੍ਰੋਫਾਈਲਸ ਤੇ ਕੰਮ ਕੀਤਾ ਹੈ ਕਿੰਨਾ ਰਿਸਰਚ ਵਰਕ ਕਰ ਚੁੱਕੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਫਾਈਲ ਹੈ ਉਹਨੂੰ ਬੈਸਟ ਆਪਸ਼ਨ ਦਿੱਤੀ ਜਾ ਸਕੇ ਉਹਦੇ ਫਿਊਚਰ ਨੂੰ ਬ੍ਰਾਈਟ ਕਰਨ ਦੇ ਲਈ ਅੱਜ ਆਪਾਂ ਇਸੇ ਲਈ ਯੂਰਪ ਦੀ ਗੱਲ ਕਰਨ ਜਾ ਰਹੇ ਹਾਂ ਸੋ ਮੈਮ ਨੇ ਅਸੀਂ ਪਹਿਲਾਂ ਵੀ ਵੀਡੀਓ ਤੋਂ ਇਲਾਵਾ ਢੇਰ ਸਾਰੀ ਜਦ ਗੱਲਾਂ ਹੁੰਦੀਆਂ ਆਪਸ ਵਿੱਚ ਬਹੁਤ ਚੰਗੀਆਂ ਆਪਸ਼ਨਸ ਮੈਮ ਨੇ ਦੱਸੀਆਂ ਸਾਨੂੰ ਤੇ ਇਸੇ ਲਈ ਅੱਜ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਖਾਸ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਮੈਮ ਯੂਰਪ ਅ ਕਿੰਨੇ ਕੋ ਚੰਗੀ অপਸ਼ਨ ਔਰ ਢੇਰ ਸਾਰੀਆਂ ਜਿਹਦੇ ਦੇ ਵਿੱਚ ਆਪਾਂ অপਸ਼ਨ ਦੇਖਦੇ ਆਂ ਫ੍ਰੀ এডਿਊਕੇਸ਼ਨ ਦੀ ਜਦੋਂ ਆਪਾਂ ਲਾਸਟ ਵੀਡੀਓ ਵਿੱਚ ਗੱਲ ਕੀਤੀ ਸੀ ਉਸ ਤੋਂ ਬਾਅਦ ਵੀ ਢੇਰ ਸਾਰੇ ਸਵਾਲ ਆਏ ਕਿ ਕੌਣ ਸਟੂਡੈਂਟ ਫ੍ਰੀ এডਿਊਕੇਸ਼ਨ ਦੇ ਲਈ ਐਪਲੀਕੇਬਲ ਹੈ ਤਾਂ ਇਹ ਵੀ ਜ਼ਰੂਰ ਦੱਸੋ ਕਿ ਸਟੂਡੈਂਟ ਨੂੰ ਲੱਗਦਾ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਹੈ ਤਾਂ ਸੀ ਫ੍ਰੀ এডਿਊਕੇਸ਼ਨ ਲਈ ਅਪਲਾਈ ਕਰ ਸਕਦੇ ਆਂ ਦੇਖੋ ਜਿਹੜਾ ਬੱਚਾ ਅੱਛਾ ਹੈ ਸਟੂਡੈਂਟ ਅੱਛਾ ਹੈ ਤੇ ਜਰਮਨੀ ਜਿਹੜਾ ਹੈ ਹਮੇਸ਼ਾ ਟੈਕਨੋਲੋਜੀ ਵਾਸਤੇ ਨੰਬਰ 1 ਕੰਟਰੀ ਮੰਨਿਆ ਜਾਂਦਾ ਹੈ ਉੱਥੇ ਆਟੋਮੋਬਾਈਲ ਦਾ ਤੇ ਮੇਰੇ ਖਿਆਲ ਹਰ ਬੱਚਾ ਜਿਹੜਾ ਇੱਕ ਇੰਟਰਸਟਡ ਹੁੰਦਾ ਜਰਮਨੀ ਜਾ ਕੇ ਪੜੰਦਾ ਜੀ ਤੇ ਉੱਥੇ ਫ੍ਰੀ ਐਜੂਕੇਸ਼ਨ ਇਹੋ ਜੇ ਸਟੂਡੈਂਟਸ ਵਾਸਤੇ ਹੈ ਲੇਕਿਨ ਡਰਾਅ ਬੈਕ ਇੱਕ ਹੁੰਦਾ ਕਿ ਜਰਮਨ ਲੈਂਗੁਏਜ ਜਿਹੜੀ ਹੈ ਉਹ ਉਹਨਾਂ ਨੂੰ ਬੀ 2 ਲੈਵਲ ਦੀ ਕਰਨੀ ਪੈਂਦੀ ਹੈ ਬੀ 2 ਲੈਵਲ ਤੱਕ ਇਹਨਾਂ ਨੂੰ 7 8 10 ਮਹੀਨੇ ਇਵਨ 1 ਈਅਰ ਤੱਕ ਵੀ ਲੱਗ ਜਾਂਦਾ ਹੈ ਉਹਦੇ ਵਿੱਚ ਫਿਰ ਕਾਫੀ ਸਾਰੀਆਂ ਯੂਨੀਵਰਸਿਟੀਆਂ ਜਿਹੜੇ ਇੰਗਲਿਸ਼ ਟਾਟ ਪ੍ਰੋਗਰਾਮਸ ਪੜਾਉਂਦੀਆਂ ਤੇ ਸਟੂਡੈਂਟ ਦੇ ਜਿਹ ਪਰਸੈਂਟੇਜ ਅੱਛੀ ਹੈ ਔਰ ਉਹ ਹੀ ਹੈ ਜਿਹੜਾ ਸੈਪਟੈਂਬਰ ਵਾਸਤੇ ਡੈਡ ਲਾਈਨ ਹੁੰ ਜਿਹੜੇ ਨਿਕਲ ਜਾਣੀ ਹੈ ਤੇ ਇਹਨਾਂ ਨੂੰ 5 5 6 6 ਮਹੀਨੇ 8 8 ਮਹੀਨੇ ਪਹਿਲੇ ਅਪਲਾਈ ਕਰਨਾ ਪੈਂਦਾ ਹੈ ਐਨਾ ਪੇਸ਼ੈਂਸ ਹੋਣਾ ਚਾਹੀਦਾ ਜੀ ਸੇਮ ਇਟਲੀ ਵਿੱਚ ਜਿਹੜਾ ਸਟੂਡੈਂਟ ਕੋਈ ਵੀ ਅਪਲਾਈ ਕਰ ਸਕਦਾ ਫ੍ਰੀ ਐਜੂਕੇਸ਼ਨ ਚ ਅਪਲਾਈ ਕਰ ਸਕਦਾ ਲੇਕਿਨ ਉਹ ਵੀ ਜਿਹੜੀ ਹੈ ਬਹੁਤ ਪਹਿਲੇ ਅਪਲਾਈ ਕਰਨਾ ਪੈਂਦਾ ਕਿਉਂਕਿ ਕੋਈ ਵੀ ਚੀਜ਼ ਫ੍ਰੀ ਮਿਲ ਰਹੀ ਹੈ ਤੇ ਨੈਚੁਰਲ ਆ ਤੁਹਾਡੇ ਚ ਪੇਸ਼ੈਂਸ ਹੋਣਾ ਚਾਹੀਦਾ ਥੈਨ ਆਪਾਂ ਗੱਲ ਕਰੀਏ ਸਵੀਡਨ ਦੇ ਜਿਹੜੇ ਬੀ ਟੈਕ ਸਟੂਡੈਂਟਸ ਆ ਉਹਨਾਂ ਨੂੰ ਆਇਲਸ ਨਹੀਂ ਕਰਨੇ ਪੈਂਦੇ। ਉਹ ਸਪਾਊਸ ਵੀਜ਼ਾ ਦੇ ਨਾਲ ਸਵੀਡਨ ਚ ਜਾ ਸਕਦਾ ਹੈ। ਡੈਨਮਾਰਕ ਸਵੀਡਨ ਇਹ ਦੋ ਕੰਟਰੀਆਂ ਇਦਾਂ ਦੀਆਂ ਜਿਹਦੇ ਵਿੱਚ ਸਟੂਡੈਂਟ ਜਿਹੜਾ ਆਪਣੇ ਸਪਾਊਸ ਦੇ ਨਾਲ ਜਾ ਸਕਦਾ ਹੈ। ਉਹਨਾਂ ਨੂੰ ਇਹ ਨਹੀਂ ਕਿ ਅੰਡਰਗ੍ਰੈਜੂਏਟ ਚ ਜਾ ਰਹੇ ਆ, ਪੋਸਟ ਗ੍ਰੈਜੂਏਟ ਚ ਜਾ ਰਹੇ ਆ, ਉਹ ਮਿਨੀਮਮ ਮੈਕਸਿਮਮ ਕੁਆਲਿਫਿਕੇਸ਼ਨ ਵਾਲਾ ਵੀ ਕੋਈ ਚੱਕਰ ਨਹੀਂ। ਕਿੰਨਾ ਪੜਿਆ ਸਪਾਊਸ ਉਹ ਵੀ ਕੋਈ ਚੱਕਰ ਨਹੀਂ। ਸਵੀਡਨ ਦੇ ਵਿੱਚ ਤੇ ਜਿਹੜਾ ਬਹੁਤ ਹੀ ਸੋਖਾ ਹੈ ਜਿਹੜਾ ਜਾਣਾ ਬਸ ਉਹਦਾ ਹੈ। ਜਾ ਦੂਜੀ ਕੁਆਲੀਫਿਕੇਸ਼ਨ ਫਿਰ ਆਇਲਸ ਕਰਨੀ ਪੈਂਦੀ ਹੈ ਬਟ ਬੀਟੈਕ ਵਾਲੇ ਸਟੂਡੈਂਟਸ ਨੂੰ ਆਇਲਸ ਨਹੀਂ ਕਰਨੀ ਪੈਂਦੀ ਜੀ ਹੁਣ ਆ ਜਾਈਏ ਆਪਾਂ ਗੱਲ ਕਰੀਏ ਡੈਨਮਾਰਕ ਦੀ ਤੇ ਡੈਨਮਾਰਕ ਦੇ ਵਿੱਚ ਮੇਨ ਐਪਲੀਕੈਂਟ ਨੂੰ ਜਿਹੜਾ ਫੰਡਸ ਨਹੀਂ ਸ਼ੋਅ ਕਰਨੇ ਬਟ ਫੀਸ ਪੇ ਕਰਨੀ ਪੈਂਦੀ ਹੈ 노 ਡਾਊਟ ਫ੍ਰੀ ਨਹੀਂ ਹੈ ਐਜੂਕੇਸ਼ਨ ਤੇ ਇਹ ਵੀ ਇੱਕ achhi option ਹੋ ਸਕਦੀ ਹੈ ਸਪਾਊਸ ਨਾਲ ਵੀ ਤੁਸੀਂ ਜਾ ਸਕਦੇ ਹੋ ਬਟ ਆਇਲ 6 ਬੈਂਡ ਮੰਗ ਰਿਹਾ 6 6.5 ਡਿਪੈਂਡ ਕਰਦਾ ਹੈ ਕੋਰਸ ਤੇ ਉੱਪਰ ਉਹਦੇ ਬਾਅਦ ਨੀਦਰਲੈਂਡ ਉਹ ਵੀ 6 6.5 ਬੈਂਡ ਆਇਲਸ ਮੰਗਦੇ ਆ ਪਰ ਵੀਜ਼ਾ ਆਲਮੋਸਟ ਆ ਜਾਂਦਾ ਨੀਦਰਲੈਂਡ ਦਾ ਪਬਲਿਕ ਯੂਨੀਵਰਸਿਟੀਆਂ ਦਾ ਹੁੰਦਾ ਹੈ ਔਰ ਵੀਜ਼ਾ ਨੀਦਰਲੈਂਡ ਤੋਂ ਹੀ ਆਉਂਦਾ ਹੈ ਇਹ ਵੀ ਅੱਛੀ ਆਪਸ਼ਨ ਬਣ ਸਕਦੀ ਆ ਹੁਣ ਜੇ ਆਪਾਂ ਕਹੀਏ ਕਿ ਵਿੱਚ ਦਾ ਕੋਈ ਰਸਤਾ ਹੋਏ ਤੇ ਮਤਲਬ ਬੱਚੇ ਦਾ ਬਜਟ ਬਹੁਤ ਬੜਾ ਨਹੀਂ ਹੈ ਨਾਓ ਫ੍ਰੀ ਵਾਲੇ ਚੰਨਾ ਪੇਸ਼ੈਂਸ ਨਹੀਂ ਆ। ਔਰ ਜਿਹੜਾ ਦੂਜਿਆਂ ਚ ਥੋੜਾ ਬਹੁਤ ਫੀਸ ਲੱਗਦੀ ਹੈ ਕਿਸੇ ਦੀ 10000 ਯੂਰੋ ਹੈ ਕਿਸੇ ਦੀ 8000 ਯੂਰੋ ਹੈ। ਤੇ ਉਹਦੇ ਵਿੱਚ 3-4 ਹਜ਼ਾਰੀ ਯੂਰੋ ਵਿੱਚ ਫਿਰ ਲਾਤਵੀਆ ਲਿਥੁਈਨੀਆ ਇਹੋ ਜੀ ਕੰਟਰੀਆਂ ਜਿੱਥੇ ਬੱਚਾ ਮਾਸਟਰਸ ਦੇ ਵਿੱਚ ਜਾਏ ਮੈਂ ਤਾਂ ਕਹਿੰਨੀ ਆ ਪਰ ਇਹ ਕੰਟਰੀਜ਼ ਦੇ ਵਿੱਚ ਜਿਹੜੇ ਮਾਸਟਰਸ ਆ ਉਹ 4 ਸਾਲ ਵਾਲੇ ਬੈਚਲਰ ਲੈਂਦੇ ਆ ਫਿਰ ਜਾ ਕੇ ਇਹਨਾਂ ਨੂੰ ਮਾਸਟਰ ਮਿਲਦੀ ਹੈ ਨਹੀਂ ਤੇ ਫਿਰ ਬੈਚਲਰ ਰਿਪੀਟ ਕਰਨੀ ਪੈ ਜਾਂਦੀ ਆ। ਯਾ ਫਿਰ ਬੱਚਾ ਸਿੱਧਾ ਹੀ ਬੈਚਲਰ ਵਿੱਚ ਜਾਏ ਕਿਉਂਕਿ ਫੀਸ ਬਹੁਤ ਘੱਟ ਹੈ ਇੰਡੀਆ 'ਚ ਵੀ ਪੜੇ ਤਾਂ 2-3 ਲੱਖ ਰੁਪਏ ਤਾਂ ਮਿਨੀਮਮ ਲੱਗ ਹੀ ਜਾਂਦਾ ਹਰ ਸਾਲ ਦਾ ਉਨੇ ਕੀ ਫੀਸ ਉੱਥੇ ਹੈ ਤਾਂ ਆਈ ਡੋਨਟ ਥਿੰਕ ਇਸ ਤੋਂ ਬੈਟਰ ਤੁਹਾਨੂੰ ਆਪਸ਼ਨਸ ਮਿਲ ਸਕਦੀਆਂ ਔਲਾਤਵੇ ਵਾਲੀ ਥੁਈਨੀਆਂ 'ਚ ਤੁਹਾਨੂੰ ਕੋਈ ਆਇਲਸ ਨਹੀਂ ਚਾਹੀਦੀ ਹੈ ਵਿਦਆਊਟ ਆਇਲਸ ਜਾ ਸਕਦੇ ਹੋ ਇਹ ਇੰਟਰਵਿਊ ਹੁੰਦਾ ਹੈ ਬਟ ਬਹੁਤ ਹਲਕਾ ਜਿਹਾ ਇੰਟਰਵਿਊ ਹੁੰਦਾ ਹੈ ਇੰਗਲਿਸ਼ ਸਟੱਡੀ ਥੋੜੀ ਠੀਕ-ਠਾਕ ਹੋਣੀ ਚਾਹੀਦੀ ਆ ਜੀ 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 ਠੀਕ ਹੈ ਯਾਨੀ ਆਪਾਂ ਟੇਲਸ ਆਪਸ਼ਨਸ ਆ ਸਮੁੰਦਰ ਕਹਿ ਸਕਦੇ ਆ ਯੂਰਪ ਨੂੰ ਸੋ ਹਰ ਪ੍ਰੋਫਾਈਲ ਦੇ ਅਕੋਰਡਿੰਗਲੀ ਬੈਸਟ ਆਪਸ਼ਨ ਇੱਥੇ ਜ਼ਰੂਰ ਅਵੇਲੇਬਲ ਹੈ ਸੋ ਮੈਮ ਅਗਰ ਕੋਈ ਸਟੂਡੈਂਟ ਯੂਰਪ ਦੀ ਅਲੱਗ-ਅਲੱਗ ਕੰਟਰੀਜ਼ ਵੱਲ ਧਿਆਨ ਦਿੰਦਾ ਕਿ ਕਿਉਂਕਿ ਬਹੁਤ ਸਾਰੀ ਆਪਸ਼ਨ ਹੈ ਤਾਂ ਸਟੂਡੈਂਟ ਨੂੰ ਮਾਈਂਡ ਵਿੱਚ ਕੀ ਰੱਖਣਾ ਚਾਹੀਦਾ ਕਿਸੇ ਵੀ ਕੰਟਰੀ ਬਾਰੇ ਸੋਚਣ ਵੇਲੇ ਮੌਤਫਿਰ ਜਦ ਸਾਡੇ ਕੋਲ ਕੰਸਲਟੈਂਸੀ ਵਾਸਤੇ ਆਉਂਦੇ ਉਹਨਾਂ ਦਾ ਬਜਟ ਕੀ ਹੈ ਉਹਨਾਂ ਦੀ ਚੁਆਇਸ ਕੀ ਹੈ ਇੰਗਲਿਸ਼ ਫਲ ਪਾਸ ਜਾਣਾ ਚਾਹੁੰਦੇ ਆ ਫੰਡ ਸ਼ੋਅ ਕਰ ਸਕਦੇ ਨਹੀਂ ਕਰ ਸਕਦੇ ਇਹ ਸਾਰੇ ਮੈਟਰਸ ਦੇ ਪੂਰੇ ਵੀਜ਼ੇ ਚਲਦੇ ਆ ਕਿਉਂਕਿ ਜਰਮਨੀ ਦੇ ਵਿੱਚ ਬਲੌਕ ਅਕਾਊਂਟ ਹੈ ਤੇ ਪਹਿਲੇ ਹੀ ਪੈਸਾ ਤੁਹਾਨੂੰ ਜੀਆਈਸੀ ਵਾਂਗੂ ਦੇਣਾ ਪੈਂਦਾ ਹੈ ਲੇਕਿਨ ਬਾਕੀ ਕੰਟਰੀਜ਼ ਦੇ ਵਿੱਚ ਕਿਸੇ ਵਿੱਚ ਵੀ ਬਲੌਕ ਅਕਾਊਂਟ ਨਹੀਂ ਹੈ ਤੇ ਉਹ ਜੇ ਮੰਨ ਲਓ ਸਪਾਊਸ ਵੀਜ਼ਾ ਸਪਾਊਸ ਦੇ ਨਾਲ ਜਾਣਾ ਫਿਰ ਸਵੀਡਨ ਤੇ ਡੈਨਮਾਰਕ ਦੀ ਆਪਸ਼ਨ ਦਵਾਂਗੇ ਵਿਦਆਊਟ ਆਇਲ ਜਾਣਾ ਬੀਟਾ ਕੀਤੀ ਹੋਈ ਹੈ ਤਾਂ ਫਿਰ ਸਵੀਡਨ ਦੀ ਦੇ ਸਕਦੇ ਆ ਫੰਡਸ ਨਹੀਂ ਸ਼ੋ ਕਰਦੇ ਮੇਨ ਐਪਲੀਕੈਂਟ ਹੈ ਡੈਨਮਾਰਕ ਦੀ অপਸ਼ਨ ਦੇ ਸਕਦੇ ਆ ਫਰੀ ਜਾਣਾ ਫਿਰ ਇਟਲੀ ਦੀ ਦੇ ਸਕਦੇ ਇਸ ਤਰ੍ਹਾਂ ਹਰ ਕੰਟਰੀ ਦਾ ਇੱਕ ਆਪਣੇ ਅਟਰੈਕਸ਼ਨ ਹੈ ਔਰ ਹਰ ਵੀਡੀਓ ਚ ਮੈਂ ਇੱਕ ਸੈਂਟੈਂਸ ਜ਼ਰੂਰ ਬੋਲਦੀ ਆ ਜਿੱਥੇ ਭੀੜ ਨਹੀਂ ਆ ਉੱਥੇ ਜਾਓ ਉੱਥੇ ਲਾਈਵ ਦਾ ਐਕਸਪੀਰੀਅੰਸ ਕਰੋ ਤੁਹਾਡਾ ਐਕਸਪੀਰੀਅੰਸ ਅੱਛਾ ਹੋਏਗਾ ਜਿੱਥੇ ਭੀੜ ਹੈ ਉੱਥੇ ਤੁਹਾਨੂੰ ਕਈ ਕੁਐਸਚਨਸ ਦਿਮਾਗ 'ਚ ਉੱਠਣਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਇਸੇ ਲਈ ਅੱਜ ਦੇ ਟਾਈਮ ਵਿੱਚ ਸਟੂਡੈਂਟਸ ਯੂਰਪ ਦੀ ਢੇਰ ساری ਆਪਸ਼ਨਸ ਦਾ ਫਾਇਦਾ ਲੈ ਸਕਦੇ ਨੇ ਸੋ ਜੋ ਮੈਂ ਗੱਲ ਕੀਤੀ ਸੀ ਕਿ ਇੰਨੀਆਂ ਕੰਟਰੀਜ਼ ਨੇ ਤਾਂ ਇੱਕ ਕਨਫਿਊਜ਼ਨ ਹੋ ਜਾਂਦੀ ਹੈ ਤੇ ਉਹ ਕਨਫਿਊਜ਼ਨ ਦੂਰ ਕਰਨ ਲਈ ਇੱਕ ਚੰਗੇ ਕੰਸਲਟੈਂਟ ਦੀ ਲੋੜ ਹੁੰਦੀ ਹੈ ਸੋ ਨੰਬਰ ਲਗਾਤਾਰ ডিসਪਲੇ ਹੈ ਇਸ ਉੱਪਰ ਕਾਲ ਕਰਕੇ ਵੀ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਅਗਰ ਆਪਣੀ ਕਨਫਿਊਜ਼ਨ ਦੂਰ ਕਰਨ ਦੇ ਲਈ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਆਪਣੇ ਡਾਕੂਮੈਂਟਸ ਲੈ ਕੇ ਨੈਵੀਗੇਟਰਜ਼ ਓਵਰਸੀਜ਼ ਆਫਿਸ ਵਿਜ਼ਿਟ ਕਰੋ ਅਸੈਸਮੈਂਟ ਕਰਵਾਓ ਡਾਕ ਦੇ ਹੋਏ ਆਪਣੇ ਫਿਊਚਰ ਨੂੰ ਸੈਕੂਰ ਕਰੋ ਬਹੁਤ ਬਹੁਤ ਥੈਂਕਸ ਮੈਮ ਅੱਜ ਇੱਕ ਵਾਰ ਫਿਰ ਤੋਂ ਤੁਸੀਂ ਯੂਰਪ ਨੂੰ ਲੈ ਕੇ ਬਹੁਤ ਖਾਸ ਗੱਲਾਂ ਸਟੂਡੈਂਟਸ ਨੂੰ ਸਮਝਾਈਆਂ ਨੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ